फिरोजपुर में सुबह तेज बारिश होने से गांव खाईफेमे के एक प्रवासी परिवार के ऊपर मकान की छत गिर गई, जिससे नीचे सो रहे परिवार की दो छोटी बच्चियां 11 वर्षीय काजल और 5 वर्षीय मेनका की मलबे के नीचे दबने से मौत हो गई। वहीं एक छोटा बच्चा और माता पिता गंभीर रूप से जख्मी हो गए, जिन्हें स्थानीय गाँववासियों ने सिविल अस्पताल पहुँचाया और वहाँ उनका इलाज चल रहा है। वहीं पंजाब सरकार की तरफ से मृतक बच्चियों के परिवार के लिए 4 लाख रुपए की सहायता राशि और घायलों का इलाज रेड क्रॉस की तरफ से फ्री करवाया जाएगा। वहीं प्रवासी परिवार करीब 7-8 साल से फिरोजपुर के खाई फेमे के एक घर में किराए पर रहता था, और जिससे आज उन पर बारिश का कहर ऐसा वर्षा कि उनकी सुबह मकान की छत नीचे गिर गई। पीड़ित पिता सुरजीत ने बताया कि वो अंदर सोए हुए थे कि अचानक तेज बारिश से उनके मकान की छत गिर गई और सारा मलबा उनके ऊपर आ गिरा। वहीं डॉक्टर ने बताया कि दोनों बच्चियों का पोस्टमार्टम के लिए शवों के मोचरी में रखा गया है और बाकी 3 घायलों का इलाज जारी है। कहाँ से आए हुए हो? कितने साल हो गए यहाँ पे रहते हुए? यहाँ पर तो 2018 से थे। तो आज क्या हुआ सुबह? आज जब 5 बजे रात था, मैं बस बाथरूम से अंदर गई, जैसे मन जाते से छत गिर गया। काफी तेज बारिश हो रही थी। क्या नाम है आपका? सुजीत। केस आया जिहड़ा कि बारिश दे नाल जिहड़ी छत गिरी, की ओ केस की है? एक परिवार दे मेंबर हैगे आ, ते ओहदे विचों तिन्हां दे पिंडे सट्टां लगियां ने, ते 2 बच्चे दी डैथ हो गई उहनां दे, ते आ 3 ते हुणे एक्सरे वास्ते भेजे आ, ते उहनां दे वेखणे आ एक्सरे करन तों बाद फ्रैक्चर रह गए ने हैगे। ओह दोवें बच्चियां सी? ओह दो बच्चियां सीगियां, उहनां दी डैथ हो गई आ, मोर्चरी बॉडी रिपोर्ट। ते इहनां दी हालत किद्दां है? ਇਹ ਤਾਂ ਹੁਣ ਸਟੇਬਲ ਹੈਗੇ ਆ, ਪਰ ਐਕਸਰੇ ਤੋਂ ਬਾਅਦ ਹੀ ਦੇਖਣਾ ਕਿ ਫ੍ਰੈਕਚਰ ਆਏ ਕਿ ਨਹੀਂ ਆਏ, ਉਸ ਤੋਂ ਬਾਅਦ ਟ੍ਰੀਟਮੈਂਟ ਆ ਜਾਏਗਾ। ਕੀ ਨਾਮ ਹੈ ਡਾਕਟਰ ਸਾਹਿਬ? ਡਾਕਟਰ ਅਭਿਜੀਤ। ਪਿੰਡ ਹੋਇਆ ਕਿਵੇਂ ਹੋਇਆ? ਇਹ ਜੀ ਪਿੰਡ ਖਾਈ ਪਿੰਦੇ ਕਿ ਜਦੋਂ ਸਵੇਰੇ ਅੱਜ ਬਹੁਤ ਜ਼ਿਆਦਾ ਬਾਰਿਸ਼ ਹੋਈ ਆ, ਉਸਦੇ ਨਾਲ ਨਾ ਇਹ ਜਿਹੜਾ ਇਹਨਾਂ ਦਾ ਕਮਰਾ ਸੀ ਉਹ ਡਿੱਗ ਪਿਆ ਸੀ। ਇਸ ਦੇ ਵਿੱਚ ਸਾਰਾ ਪਰਿਵਾਰ ਸੀ, ਜੋ ਕਿ ਯਾਦਵ ਨਾਂ ਦਾ ਬਈਆ ਸੀ, ਸਾਡੇ ਕਲੱਬ ਦੇ ਵਿੱਚ ਵੀ ਬਹੁਤ ਇਹਦੀਆਂ ਐਕਟੀਵਿਟੀਆਂ ਸੀ, ਬਹੁਤ ਸਾਨੂੰ ਸਾਥ ਦਿੰਦਾ ਸੀ, ਗਰੀਬ ਹੋਣ ਦੇ ਨਾਂ 'ਤੇ ਵੀ ਸਾਡਾ ਬਹੁਤ ਸਾਥ ਦਿੰਦਾ ਰਿਹਾ। ਜਦੋਂ ਮੀਂਹ ਆਇਆ ਅਤੇ ਮੀਂਹ ਜ਼ਿਆਦਾ ਆਉਣ ਦੇ ਕਾਰਨ ਜੋ ਵੀ ਛੱਤ ਸੀ ਡਿੱਗ ਪਈ, ਇਸ ਦੇ ਕਾਰਨ ਇਹਦੀਆਂ 2 ਮੌਕੇ 'ਤੇ ਜਿਹੜੀਆਂ ਬੇਟੀਆਂ ਸੀ ਉਹ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਹੜਾ ਇੱਕ ਉਹਨਾਂ ਦਾ ਬੱਚਾ ਮੁੰਡਾ ਸੀ, ਇਹਨਾਂ ਦਾ ਲੜਕਾ, ਉਹ ਇੱਕ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ, ਅਤੇ ਜਿਹੜੇ ਆਪ ਨੇ ਦੋਵੇਂ ਇਹਨਾਂ ਨੂੰ ਵੀ ਸੱਟਾਂ ਲੱਗੀਆਂ ਹਨ ਕਾਫੀ। ਹੁਣ ਸਿਵਲ ਹਸਪਤਾਲ ਇਹਨਾਂ ਨੂੰ ਰੈਫਰ ਕੀਤਾ ਗਿਆ, ਵੀ ਉੱਥੇ ਇਹਨਾਂ ਦਾ ਜੋ ਕਿ ਦੇਖਭਾਲ ਵਾਸਤੇ ਇਹਨਾਂ ਨੂੰ ਲੈ ਕੇ ਗਿਆ। ਅਤੇ ਬੱਚਿਆਂ ਨੂੰ ਵੀ ਉੱਥੇ ਲੈ ਕੇ ਗਏ? ਹਾਂ, ਬੱਚਿਆਂ ਦਾ ਸਰ ਹੁਣ ਪੋਸਟਮਾਰਟਮ ਵਗੈਰਾ ਹੋਏਗਾ। ਅਸੀਂ SDO ਸਾਹਿਬ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਕਿਹਾ ਵੀ ਜੋ ਵੀ ਤੁਹਾਡੀ ਹੈਲਪ ਹੋਏਗੀ ਅਸੀਂ ਪ੍ਰਸ਼ਾਸਨ ਵੀ ਤੁਹਾਡੇ ਨਾਲ ਖੜ੍ਹੇ। ਇਹ ਜਿਹੜੀ ਬਾਰਿਸ਼ ਸਵੇਰੇ ਕਾਫੀ ਤੇਜ਼ ਹੋਈ ਹੈ, ਇਹ ਉਹਦੇ ਨਾਲ ਹੋਇਆ? ਹਾਂਜੀ ਹਾਂਜੀ, ਉਸਦੇ ਕਾਰਨ ਹੀ ਹੋਇਆ। ਇਹ ਥੱਲੇ ਸੁੱਤੇ ਹੋਏ ਸੀ? ਹਾਂ ਸਰ, ਸੁੱਤੇ ਹੋਏ ਸੀ। ਬਾਕੀ ਜਦੋਂ ਬਾਰਿਸ਼ ਯਕਦਮ ਇੰਨੀ ਜ਼ਿਆਦਾ ਆ ਗਈ, ਪਿੰਡ ਵਾਲੇ ਵੀ ਕੋਈ ਨਹੀਂ ਬਾਹਰ ਨਿਕਲੇ, ਨਾਲ ਗੁਰਦੁਆਰਾ ਸਾਹਿਬ ਸੀ ਅੱਗੇ, ਸੰਗਤ ਬਹੁਤ ਇਸ ਟਾਈਮ, ਜਿਸ ਟਾਈਮ ਇਹ ਹਾਦਸਾ ਹੋਇਆ ਸੰਗਤ ਆਉਂਦੀ ਰਹਿੰਦੀ ਆ, ਬਾਰਿਸ਼ ਹੋਣ ਨਾ ਕਰਕੇ ਸੰਗਤ ਘੱਟ ਆਈ, ਨਹੀਂ ਤਾਂ ਇਹਨਾਂ ਦਾ ਹੋ ਸਕਦਾ ਸੀ ਬਚਾਅ ਹੋ ਜਾਂਦਾ। ਅਤੇ ਫਿਰ ਜਿਹੜੇ ਤੁਹਾਡੇ ਪਿੰਡ ਵਾਲੇ ਨੇ ਜਿਹੜੀ ਮਲਵਾ ਮੁਲਵਾ ਕੱਢਿਆ ਸਰ? ਹਾਂਜੀ ਸਰ, ਅਸੀਂ ਕਲੱਬ ਵਾਲੇ ਮੁੰਡਣ ਜਦੋਂ ਵੀ ਇਸ ਚੀਜ਼ ਬਾਰੇ ਪਤਾ ਲੱਗਾ, ਸਭ ਤੋਂ ਜਿੰਨਾ ਵੀ ਛੇਤੀ ਹੋ ਸਕੇ ਕਲੱਬ ਦੇ ਮੁੰਡੇ ਆਏ, ਉਹਨਾਂ ਨੇ ਆਪਣੇ ਗਵਾਹ ਦਾ ਜੋ ਵੀ ਹੋ ਸਕਿਆ ਮੌਕੇ 'ਤੇ, ਜੋ ਵੀ ਕਿਸੇ ਨੂੰ ਸੁੱਝਿਆ ਉਹਨੇ ਆਪਣੀ ਸਪੋਰਟ ਨਾਲ ਇਹਨਾਂ ਨੂੰ ਬਾਹਰ ਕੱਢਿਆ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਮਨਜੀਤ ਸਿੰਘ ਹੈ ਜੀ, ਕਲੱਬ ਪ੍ਰਧਾਨ। ਖਾਈ ਫੇਮੇ ਕੇ ਦੇ ਵਿੱਚ ਮਨਭਾਗੀ ਘਟਨਾ ਹੋਈ ਕਿ ਬਰਸਾਤ ਕਰਕੇ ਇੱਕ ਘਰ ਦੀ ਛੱਤ ਗਿਰ ਗਈ, ਅਤੇ ਉਹਦੇ ਥੱਲੇ ਦੱਬ ਕੇ 2 ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਡੈਥ ਹੋ ਗਈ, ਅਤੇ 3 ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਜ਼ਖਮੀ ਹੋਏ। ਉਹਨਾਂ ਦਾ ਹਾਲ ਚਾਲ ਪੁੱਛਣ ਮੈਂ ਸਿਵਲ ਹੋਸਪਿਟਲ 'ਚ ਆਇਆ ਸੀ, ਅਤੇ ਸਰਕਾਰ ਦੇ ਤਰਫੋਂ SDRF ਦੇ 4-4 ਲੱਖ ਰੁਪਏ ਦਾ ਉਹਨਾਂ ਨੂੰ ਜਿਹੜਾ ਮੁਆਵਜ਼ਾ ਡੈਥ 'ਤੇ ਮਿਲਦਾ ਉਹ, ਅਤੇ ਰੈੱਡ ਕਰੋਸ ਵੱਲੋਂ ਇਹਨਾਂ ਦਾ ਮੁਫਤ ਇਲਾਜ ਕੀਤਾ ਜਾਏਗਾ, ਅਤੇ ਇਸ ਤੋਂ ਇਲਾਵਾ ਜਿਹੜੇ ਵੀ ਨੋਰਮਲ ਚੈਕਿੰਗ ਸੀ। ਫਿਰੋਜ਼ਪੁਰ ਸੇ ਸੁਖਚੈਨ ਸਿੰਘ ਕੀ ਰਿਪੋਰਟ।